ਕਸੂਤਾ ਜਿਹਾ ਨਾਂ ਸੀ ਪਿੰਡ ਦਾ ਤਾਂ ਉਹ ਤਾਂ ਚੱਲ ਕੀ ਲੈਣਾ, ਪਰ ਊਂ ਐਂ ਵੀ ਪਿੰਡ ਇੰਨਾ ਕੁ ਪੁਰਾਣਾ ਵੀ ਆ ਗਲੀਆਂ ਅਤੇ ਦਰਵਾਜ਼ੇ ਦੱਸ ਰਹੇ ਆ ਵੀ ਇਹ ਘੱਟੋ ਘੱਟ 4 ਤੋਂ 5 ਸਦੀਆਂ ਦਾ ਮੰਤਰੀ ਅਤੇ ਕੁਆਹੀ ਭਰਦਾ। ਦੇਖੋ ਵਿਹੜਿਆਂ 'ਚ ਨਾ ਉਵੇਂ ਇੰਡੀਆ ਵਾਂਗ ਆਪਣੇ ਵਿਹੜਾ ਛੱਡ ਕੇ ਗਾਹਾਂ ਕਮਰਾ ਛੱਪਿਆ ਹੋਇਆ ਅਤੇ ਬਾਹਰ ਬੈਠਣ ਨੂੰ ਵੀ ਜਿਵੇਂ ਆਪਣੇ ਉਹ ਨਹੀਂ ਸੀ ਹੁੰਦੇ ਪਹਿਲਾਂ ਮਨਪ੍ਰੀਤ ਤੋੜ ਕਰੀ ਜਾਂਦਾ, ਬਾਸੀਆਂ ਲਈ ਜਾਂਦਾ ਸੀ ਤਾਂ ਫਿਰ ਖੜਾਉਂਦੇ ਤੇ ਇਹਦੀ ਬਣਾਉਂਦੇ ਬਠਿੰਡੇ ਵਾਲੀ ਚਾਹ 100 ਮੀਲ ਵਾਲੀ। ਗੱਲ ਸਮਝਾ ਕੇ ਸਾਰਾ ਕੰਜਸਟਡ ਏਰੀਆ ਉਹ ਸ਼ਹਿਰ ਦੇ ਕੋਲੇ ਆ, ਉੱਧਰ ਨਾ ਜਾਓ ਤੇ ਉੱਧਰ ਦੇਖਣ ਨੂੰ ਹੈ ਵੀ ਹਾਂ ਹੈ ਵੀ ਕੁਛ, ਪਰ ਆਹ ਦੇਖੋ ਸਾਹਮਣੇ ਜੋ ਦ੍ਰਿਸ਼ ਦਿਖ ਰਿਹਾ ਨਾ, ਮੈਨੂੰ ਨਹੀਂ ਲੱਗਦਾ ਇਹੋ ਜਿਹੀ ਚੀਜ਼ ਦੁਨੀਆ 'ਚ ਕਿਤੇ ਹੋਰ ਸਾਨੂੰ ਦੇਖਣ ਨੂੰ ਮਿਲੂ। ਅਸੀਂ ਮੇਨ ਫ੍ਰੀਵੇ ਜਾਂ ਮੋਟਰਵੇ ਜਾਂ ਹਾਈਵੇ ਛੱਡ ਕੇ ਨਾ ਪਿੰਡ ਦੀਆਂ ਲੋਕਲ ਸੜਕਾਂ 'ਚ ਨੂੰ ਹੋ ਕੇ ਜਾ ਰਹੇ, ਚਾਹੇ ਸਾਡੇ 2 ਘੰਟੇ ਵੱਧ ਲੱਗ ਜਾਣ, ਪਰ ਜੋ ਆਹ ਚੀਜ਼ਾਂ ਦਿਖ ਰਹੀਆਂ ਬਾਈ ਉਹ ਦੇਖੋ ਕਿੱਡੀ ਪੁਰਾਣੀ ਚਰਚ ਆ। ਪੁਰਾਣੀ ਚਰਚ ਆ ਦੇਖ ਲਓ, ਆਹ ਤਾਂ ਖੂਹ ਆ ਬਈ ਪਿੰਡ ਦਾ। ਉਹ ਸਾਹਮਣੇ ਦੇਖੋ ਬਾਈ ਖੇਤ ਵਾਹਿਆ ਹੋਇਆ ਤੇ ਅੱਗੇ ਜੰਗਲ, ਸਿੱਧਾ ਜੰਗਲ ਆ ਉੱਥੋਂ। ਪਹਿਲਾਂ ਟੂਰਾ ਸੀ ਮੈਨੂੰ ਲੱਗਦਾ ਸੁੱਖ ਨਾਲ ਜਿੱਥੇ ਲੜੇ ਇੱਥੇ ਨਾ ਖੇਤਾਂ ਨੇ ਆਪਦੇ ਸਿਰੇ ਤੇ ਇੱਕ ਢੋਲ ਰੱਖ ਕੇ ਤੇ ਉਹਦੇ 'ਚ ਗੱਲਾਂ ਲਾ ਕੇ ਤੇ ਉੱਤੇ ਲਿਖ ਰੱਖਿਆ ਵੀ ਜੇ ਤੁਸੀਂ ਫਰੈਸ਼ ਫੁੱਲ ਲਿਜਾਣੇ ਆ ਤੋੜ ਕੇ, ਕੋਈ ਫਰੂਟ ਲਿਜਾਣਾ ਤਾਂ ਲੈ ਜਾਓ ਆਪੇ ਤੋੜ ਕੇ, ਜਿੰਨਾ ਲਿਜਾਣਾ ਇਹ 'ਚ ਪੈਸੇ ਪਾ ਜਾਓ। ਕਿਆ ਬਾਤ ਹੈ, ਕੋਲ ਚਾਕੂ ਵੀ ਰੱਖੇ ਹੋਏ ਆ ਦੇਖੋ, ਵੱਡੀ ਗੱਲ ਆ। ਜੇ ਇੰਡੀਆ ਦਾ ਉੱਥੇ ਹੁੰਦਾ ਨਾ ਲੋਕਾਂ ਨੇ ਕੀ ਕਰਨਾ, ਚਾਕੂ ਵੀ ਕਿਸੇ ਕ੍ਰਾਈਮ ਲਈ ਯੂਜ਼ ਕਰਨ ਲਈ, ਫਿੰਗਰਪ੍ਰਿੰਟ ਕਿਸੇ ਦੇ ਹੋਰ ਦੇ ਹੋਣਗੇ ਵਰਤ ਲਈਏ, ਪਰ ਉੱਥੇ ਚਾਕੂ ਬਿਨਾਂ ਰੱਸੀ ਤੋਂ ਖੁੱਲ੍ਹੇ ਰੱਖੇ ਹੋਏ 2 ਚਾਕੂ ਹੈ ਨਾ। ਕਈ ਵਾਰੀ ਨਾ ਆਪਾਂ ਨੂੰ ਇਸ ਗੱਲ 'ਤੇ ਕਮੈਂਟ ਦਿੰਦੇ ਆ ਵੀ ਤੁਸੀਂ ਇੱਦਾਂ ਬਦਨਾਮ ਕਰਦੇ ਹੋ ਜਾਂ ਇੱਦਾਂ ਕਰਦੇ ਹੋ। ਦੇਖੋ ਸਾਰੇ ਨਹੀਂ ਇੱਦਾਂ ਹੁੰਦੇ, ਪਰ ਜੇ ਉਹਨੇ ਸੱਚ ਬੋਲਣਾ ਜਾਂ ਸਹੀ ਗੱਲ ਕਹਿਣੀ ਨੂੰ ਤੁਸੀਂ ਇਹ ਮੰਨਦੇ ਹੋ ਤਾਂ ਫਿਰ ਭਾਈ ਆਪਾਂ ਕੁਛ ਨਹੀਂ ਕਰ ਸਕਦੇ। ਨਹੀਂ ਬਾਈ, ਜਿਹੜੇ ਕਮੈਂਟ ਵੀ ਕਰਦੇ ਆ ਨਾ ਉਹ ਆਪਦੇ ਦਿਲ 'ਤੇ ਹੱਥ ਰੱਖ ਕੇ ਕਹਿ ਦੇਣ ਵੀ ਉਹਨਾਂ ਨੇ ਜ਼ਿੰਦਗੀ 'ਚ ਗਲਤ ਕੰਮ ਕੀਤਾ ਨਹੀਂ, ਜਿਹੜੀਆਂ ਗੱਲਾਂ ਅਸੀਂ ਕਹਿੰਦੇ ਉਹ ਕੀਤੀਆਂ ਨਹੀਂ ਹੈਗੀਆਂ। ਹਾਂ ਠੀਕ ਆ ਨਾ, ਚਾਹੇ ਸਕੂਲ 'ਚ ਕਿਸੇ ਪੈਨਸਲੇ ਚੱਕੀ ਹੋਵੇ ਚੱਕੀ ਜ਼ਰੂਰ ਆ, ਕੋਈ ਲੱਖ ਦੀ ਕਰੇ ਕੋਈ ਕੱਖ ਦੀ ਕਰੇ, ਚੋਰੀ ਕਰਦੇ ਨੇ ਸਾਰੇ ਕਿਸੇ ਪੱਖ ਦੀ ਕਰੇ। ਕਿਆ ਬਾਤ ਹੈ, ਸਾਡੇ ਨਾਲ 2 ਵਾਰੀ ਹੋ ਗਿਆ ਹੁਣ, ਪਰਸੋਂ ਤਾਂ ਅਸੀਂ ਸ਼ੂਟ ਕਰੀ ਜਾਈਏ ਅਤੇ ਸਾਡਾ ਆਡੀਓ ਵਾਲਾ ਡਿੱਗ ਪਿਆ ਕਿਤੇ, ਅਤੇ ਕੱਲ੍ਹ ਐਨਕਾਂ ਡਿੱਗ ਪਈਆਂ, ਫਿਰ ਸਾਡਾ ਸਾਨੂੰ ਕੰਮ ਦਿੱਤਾ ਸਾਡੇ ਕੈਮਰੇ ਨੇ, ਅਸੀਂ ਫੋਟੋਆਂ ਫਰੋੜੀਆਂ ਵੀ ਕਿੱਥੋਂ ਤੱਕ ਐਨਕਾਂ ਟੰਗੀਆਂ ਸੀ ਮੇਰੇ ਕਿੱਥੇ ਨਹੀਂ ਸੀ, ਅਤੇ ਅੱਜ ਅਸੀਂ ਉਸੇ ਥਾਂ 'ਤੇ ਗਏ ਤਾਂ ਉੱਥੇ ਪਈਆਂ। ਜੇ ਇਹ ਕੰਮ ਤੁਹਾਡਾ ਅਮੈਰੀਕਾ ਹੁੰਦਾ ਫਿਰ ਫਿਰ ਅਮੈਰੀਕਾ ਤਾਂ ਲੈ ਜਾਣਾ ਵਿਚਾਰਿਆਂ ਨੇ ਭਗਤਾਂ ਨੇ, ਉਹਨਾਂ ਨੂੰ ਆਏ ਵੀ ਰੱਬ ਸਿੱਟ ਰਿਹਾ ਤੋਂ, ਠੀਕ ਆ ਨਾ। ਉਹ ਤਾਂ ਸਾਰ ਚੀਜ਼ ਨੂੰ ਜੋ ਆ ਗਿਆ ਉਹ ਰੱਬ ਨੇ ਦੇ ਦਿੱਤੀ ਸਾਡੀ ਉਹ ਆ। ਲਓ ਜੀ, ਆਪਾਂ ਇਸ ਵਕਤ ਜਿਹੜਾ ਇੱਕ ਪਿੰਡ ਵਿੱਚ ਦੀ ਲੰਘ ਰਹੇ ਹਾਂ ਜੀ, ਕਸੂਤਾ ਜਿਹਾ ਨਾਂ ਸੀ ਪਿੰਡ ਦਾ ਤਾਂ ਉਹ ਤਾਂ ਚੱਲ ਕੀ ਲੈਣਾ, ਪਰ ਊਂ ਐਂ ਵੀ ਪਿੰਡ ਇੰਨਾ ਕੁ ਪੁਰਾਣਾ ਵੀ ਆ ਗਲੀਆਂ ਅਤੇ ਦਰਵਾਜ਼ੇ ਦੱਸ ਰਹੇ ਆ ਵੀ ਇਹ ਘੱਟੋ ਘੱਟ 4 ਤੋਂ 5 ਸਦੀਆਂ ਦਾ ਮਨਪ੍ਰੀਤ ਕੁਆਹੀ ਭਰਦਾ। ਬਿਲਕੁਲ ਬਾਈ ਜੀ, ਤੁਸੀਂ ਦੇਖੋ ਵਿਹੜਿਆਂ 'ਚ ਨਾ ਉਵੇਂ ਇੰਡੀਆ ਵਾਂਗ ਆਪਣੇ ਵਿਹੜਾ ਛੱਡ ਕੇ ਗਾਹਾਂ ਕਮਰਾ ਛੱਪਿਆ ਹੋਇਆ ਅਤੇ ਬਾਹਰ ਬੈਠਣ ਨੂੰ ਵੀ ਜਿਵੇਂ ਆਪਣੇ ਉਹ ਨਹੀਂ ਸੀ ਹੁੰਦੇ ਪਹਿਲਾਂ ਚੌਂਕੜੀਆਂ ਬਣਾਈਆਂ ਹੋਈਆਂ। ਸੋਹਣਾ ਪਿੰਡ ਆ, ਯਾਨੀ ਕਿ ਪਿੰਡ ਦੀ ਗਲੀ ਆ ਜਿਹਦੇ ਵਿੱਚ ਦੀ ਸੜਕ ਜਾ ਰਹੀ ਆ, ਸਾਡੇ ਚੌਂਤਰਾ ਕਹਿ ਦਿੰਦੇ ਸੀ ਉਹਨੂੰ। ਹਾਂ, ਚੌਂਕੜੀ ਛੋਟੀ ਹੁੰਦੀ ਚੌਂਤਰਾ ਵੱਡਾ ਹੁੰਦਾ, ਹਾਂ ਉਹ ਕੁਛ ਨਿੱਕਾ ਜਿਹਾ ਪੈਟਰੋਲ ਪੰਪ ਵੀ ਲੱਗਿਆ ਹੋਇਆ। ਅਤੇ ਕਿਆ ਬਾਤ ਆ ਜੀ, ਸੁਖਵੰਤ ਸਿੰਘ ਸਾਡੇ ਨਾਲ ਫੋਨ 'ਤੇ ਜੁੜੇ ਹੋਏ ਆ ਜੀ ਇਸ ਟਾਈਮ ਅਤੇ ਲਾਈਵ। ਮੈਂ ਕੋਈ ਤੁਹਾਡੇ ਗੱਲਾਂ ਬਾਤਾਂ ਜੀ, ਮੈਂ ਬਲੌਗ ਦੇਖਣ ਤੋਂ ਪਹਿਲੇ ਸਾਰਾ ਦੇਖ ਰਿਹਾ ਹੁਣ ਆਪਣੇ ਭਰਾ ਦੇਖ ਰਹੇ ਨੇ, ਆਪਾਂ ਵੀ ਨਾਲ ਹੀ ਆ ਹੁਣ। ਅਗਲਾ ਵੀ ਦੱਸ ਦਿਓ ਜੀ, ਅਗਲਾ ਟੂਰ ਸੁਖਵੰਤ ਸਿੰਘ ਤੇ ਮਿੰਟੂ ਬਾਈ ਨਾਲ ਕਰ ਰਹੇ ਆ ਜੀ, ਤੇ ਇਹ ਘੁੰਮ ਕੇ ਆਉਣਗੇ ਨਿਊਜ਼ੀਲੈਂਡ। ਸੋ ਦਰਸ਼ਕੋ, ਜੋ ਵੀ ਨਿਊਜ਼ੀਲੈਂਡ ਤੋਂ ਸਾਡੇ ਦਰਸ਼ਕ ਜੁੜੇ ਹੋਏ ਨੇ, ਸੋ ਅਗਲਾ ਮੌਕਾ ਇਹ ਤੁਹਾਨੂੰ ਦੇ ਰਹੇ ਸੇਵਾ ਦਾ। ਹਾਂਜੀ, ਸੋ ਪਹਿਲੀ ਗੱਲ ਤੁਸੀਂ ਪਹਿਲਾਂ ਮੈਨੂੰ ਪਹਿਲਾਂ ਆਪਣੀ
ਇਸੇ ਲਈ ਅਸੀਂ ਕੈਮਰੇ ਤੇ ਕਹਿਤਾ ਹੁਣ ਤਾਂ ਲੈਣੀਆਂ ਹੀ ਪੈਣੀਆਂ ਨਾ ਹੁਣ ਅਸੀਂ ਸਰੋਪਾ ਗੱਲ ਪਾਤਾ ਤੁਹਾਡੇ ਤੁਹਾਨੂੰ ਉਹ ਕਰਨਾ ਹੀ ਪੈਣਾ ਜ਼ਿੰਮੇਵਾਰੀ ਗੱਲ ਪੈ ਗਈ ਤੁਹਾਡੀ ਆ ਭੈਣ ਜੀ ਨੂੰ ਦਿਖਾ ਦਿਓ ਐਲਾਨ ਹੋ ਚੁੱਕਿਆ ਐਲਾਨ ਹੀ ਹੋ ਗਿਆ ਜਦੋਂ ਤੱਕ ਜੇ ਚਾਚੇ ਦੇ ਘਰ ਚ ਲਿਖਿਆ ਹੋਇਆ ਦਾਣਾ ਪਾਣੀ ਉੱਥੇ ਵੀ ਜਾਵਾਂਗੇ ਫਿਰ ਦਾਣੇ ਪਾਣੀ ਵਾਸਤੇ ਬਿਲਕੁਲ ਬਿਲਕੁਲ ਦੇਖੋ ਅਗਲੀ ਵਾਰ ਨਾ ਸੁਖਵੰਤ ਆਪਾਂ ਜਿਹੜਾ ਟੂਰ ਆ ਜੇ ਯੂਰਪ ਦਾ ਕੱਢਣਾ ਹੋਵੇ ਐਤਕੀ ਅਸੀਂ ਥੋੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਗਲਤੀਆਂ ਕੀਤੀਆਂ ਉਹ ਆਪਾਂ ਸਿੱਖ ਗਏ ਹਾਂ ਅਗਲੀ ਵਾਰੀ ਆਪਾਂ ਲਵਾਂਗੇ ਕੈਂਪਰ ਵੈਨ ਤੇ ਕੈਂਪਰ ਵੈਨ 'ਚ ਚੜਾਂਗੇ ਚਾਰ ਜਣੇ ਠੀਕ ਆ ਤੇ ਚਾਰ ਸਾਨੂੰ ਕਈ ਥਾਂ 'ਤੇ ਡਰਾਤਾ ਵੀ ਕੈਂਪਰ ਵੈਨ ਜਾਂਦੀ ਨਹੀਂ ਐਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਕੋਈ ਸ਼ਹਿਰ ਦੇ ਸਿਟੀ ਦੇ ਵਿਚਾਲੇ ਸੈਂਟਰ 'ਚ ਥੋੜ੍ਹਾ ਕੈਂਪਰ ਵੈਨ 'ਤੇ ਜਾਣਾ ਉਹ ਬੰਦਾ ਕਿਤੇ ਵੀ ਪਾਰਕ ਕਰਕੇ ਟ੍ਰੇਨ ਅਤੇ ਲੋਕਲ ਟਰਾਂਸਪੋਰਟਰ ਲੈ ਸਕਦਾ ਪਰ ਜਿਹੜਾ ਬਾਹਰ ਦੇ ਨਜ਼ਾਰੇ ਆ ਉਹ ਕੈਂਪਰ ਵੈਨ 'ਤੇ ਕਈ ਗੁਣਾ ਚੰਗੇ ਹੋ ਜਾਂਦੇ ਹੁਣ ਜਿਵੇਂ ਚਾਹ ਨੂੰ ਜੀ ਕਰੀ ਜਾਂਦਾ ਸੀ ਮਨਪ੍ਰੀਤ ਤੋੜ ਕਰੀ ਜਾਂਦਾ ਬਾਸੀਆਂ ਲਈ ਜਾਂਦਾ ਸੀ ਤਾਂ ਫਿਰ ਖੜਾਉਂਦੇ ਸਿਰੇ ਦੀ ਬਣਾਉਂਦੇ ਬਠਿੰਡੇ ਵਾਲੀ ਚਾਹ 100 ਮੀਲ ਵਾਲੀ ਹੋਰ ਵੀ ਗੱਲ ਹੋ ਗਈ ਬਾਈ ਆਪਾਂ ਹੁਣ ਜਿਵੇਂ ਪਹਿਲੀ ਵਾਰ ਆਉਣ ਕਰਕੇ ਨਾ ਜਿਵੇਂ ਆਪਾਂ ਨੂੰ ਡਰਾਇਆ ਸੀ ਬਹੁਤ ਕੰਜਸਟਡ ਆ ਸੜਕਾਂ ਛੋਟੀਆਂ ਨੇ ਹੁਣ ਗੱਲ ਸਮਝ ਆ ਕਿ ਸਾਰਾ ਕੰਜਸਟਡ ਏਰੀਆ ਉਹ ਸ਼ਹਿਰ ਦੇ ਕੋਲੇ ਆ ਉੱਧਰ ਨਾ ਜਾਓ ਤੇ ਉੱਥੇ ਦੇਖਣ ਨੂੰ ਹੈ ਵੀ ਹਾਂ ਹੈ ਵੀ ਕੁਛ ਹੀ ਪਰ ਆਹ ਦੇਖੋ ਹੁਣ ਸਾਹਮਣੇ ਜੋ ਦ੍ਰਿਸ਼ ਦਿਖ ਰਿਹਾ ਨਾ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਚੀਜ਼ ਦੁਨੀਆ 'ਚ ਕਿਤੇ ਹੋਰ ਤੁਹਾਨੂੰ ਦੇਖਣ ਨੂੰ ਮਿਲੂ ਵੀ ਇਹ ਜੇ ਦ੍ਰਿਸ਼ ਦੇਖਣੇ ਆ ਤਾਂ ਤੁਹਾਨੂੰ ਪਿੰਡਾਂ 'ਚ ਹੀ ਜਾਣਾ ਪਊ ਪਿੰਡਾਂ 'ਚ ਹੀ ਜਾਣਾ ਪਊ ਤੇ ਅਸੀਂ ਹੋਰ ਦੇਖੋ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਮੇਨ ਫ੍ਰੀਵੇ ਜਾਂ ਮੋਟਰਵੇ ਜਾਂ ਹਾਈਵੇ ਛੱਡ ਕੇ ਨਾ ਪਿੰਡ ਦੀਆਂ ਲੋਕਲ ਸੜਕਾਂ 'ਚ ਨੂੰ ਹੋ ਕੇ ਜਾ ਰਹੇ ਚਾਹੇ ਸਾਡੇ 2 ਘੰਟੇ ਵੱਧ ਲੱਗ ਜਾਣ ਪਰ ਜੋ ਆਹ ਚੀਜ਼ਾਂ ਦਿਖ ਰਹੀਆਂ ਬਾਈ ਉਹ ਦੇਖੋ ਕਿੱਡੀ ਪੁਰਾਣੀ ਚਰਚਾ ਪੁਰਾਣੀ ਚਰਚਾ ਦੇਖ ਲਓ ਛੋਟਾ ਜਿਹਾ ਪਿੰਡ ਆ ਖੁੱਲ੍ਹੇ ਘਰ ਆ ਦੂਰ ਦੂਰ ਜੇ ਬਿਲਕੁਲ ਆਹ ਤਾਂ ਕਿਸੇ ਨੇ ਸੜਕ ਦੇ ਉੱਤੇ ਪਾਇਆ ਹੋਣਾ ਆਪਣੀ ਜਵਾਨੀ ਵੇਲੇ ਇਹ ਲਾਲ ਲਕੀਰ ਤੋਂ ਬਾਹਰ ਵਾਲੇ ਘਰ ਛੇ ਸੱਤ ਬਾਰੀਆਂ ਰੱਖੀਆਂ ਬਾਰੀਆਂ ਉਵੇਂ ਰੱਖੀਆਂ ਆਪਣੇ ਨੂੰ ਤੁਸੀਂ ਹੋਰ ਦੇਖੋ ਬਾਈ ਇਹ ਘਰਾਂ ਦੇ ਜਿਹੜੇ ਉਹ ਆ ਨਾ ਇਹ ਹੁਣ ਥੋੜ੍ਹਾ ਜਿਹਾ ਰਸ਼ੀਆ ਵਾਲੇ ਸਟਾਈਲ 'ਚ ਜਾਂ ਜਿਹੜਾ ਦਾਗਿਸਤਾਨ ਵਾਲੇ ਘਰਾਂ ਦੀਆਂ ਵਰਗੇ ਨਾ ਜਿੱਦਾਂ ਜਿਹੜਾ ਆਪਾਂ ਦਾਗਿਸਤਾਨ ਕਿਤਾਬ 'ਚ ਮਹਿਸੂਸ ਕਰਦੇ ਹਾਂ ਉਵੇਂ ਦੇ ਥੋੜ੍ਹੇ ਜਿਹੇ ਆ ਗਏ ਇਹ ਹਾਂ ਆਹ ਤਾਂ ਖੂਹ ਆ ਬਾਈ ਪਿੰਡ ਦਾ ਕੋਈ ਹਾਂ ਦੁਨੀਆ ਜੇ ਦੇਖਣੀ ਆ ਤਾਂ ਤੁਸੀਂ ਭਟਕ ਕੇ ਦੇਖ ਸਕਦੇ ਹੋ ਭੁੱਲ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਪਤਾ ਕਿਹੜੇ ਰਾਹ ਪੈਣਾ ਕਿੱਧਰ ਨੂੰ ਜਾਣਾ ਅਸੀਂ ਪਹਿਲੇ ਦਿਨ ਹੀ ਇਹ ਗੱਲ ਮੰਨ ਕੇ ਚੱਲੇ ਸੀ ਵੀ ਆਪਾਂ ਨੂੰ ਜੇ ਰਾਹ ਭੁੱਲ ਗਏ ਤਾਂ ਅਸੀਂ ਖਿਝਣਾ ਨਹੀਂ ਅਸੀਂ ਗੁੱਸੇ ਨਹੀਂ ਹੋਣਾ ਭੁੱਲ ਗਏ ਤਾਂ ਭੁੱਲ ਗਏ ਆਪੇ ਆਜੂਗਾ ਸਿੱਧਾ ਹੋ ਜੂਗਾ ਪਹਿਲਾ ਟੂਰ ਆ ਸੀ ਮੈਨੂੰ ਲੱਗਦਾ ਸੁੱਖਣ ਵਾਲਾ ਜਿੱਥੇ ਲੜੇ ਹੁਣ 15-20 ਵਾਰ ਹੋ ਚੁੱਕੇ ਹੋਣਾ ਸੀ ਸੋ ਸੂਰਜਮੁਖੀ ਇਸ ਟਾਈਮ ਜਿਹੜੀ ਨਾਲ ਨਾਲ ਸੂਰਜਮੁਖੀ ਦੇ ਖੇਤ ਆ ਪਿੱਛੇ ਤਾਂ ਸੂਰਜਮੁਖੀ ਅਜੇ ਆਈ ਨਹੀਂ ਸੀ ਤੇ ਹੁਣ ਇੱਥੇ ਸੂਰਜਮੁਖੀ ਆ ਪੂਰੀ ਪੱਕੀ ਖੜੀ ਆ ਸਿਰ ਸੁੱਟ ਲੈ ਨੇ ਸੋਹਾਂ ਤਾਂ ਇੱਥੇ ਇੱਕ ਚੀਜ਼ ਹੋਰ ਦੇਖੀ ਇਮਾਨਦਾਰੀ ਦੀ ਦੁਕਾਨ ਵੀ ਇੱਥੇ ਨਾ ਖੇਤਾਂ ਵਾਲਿਆਂ ਨੇ ਆਪਦੇ ਸਿਰੇ 'ਤੇ ਇੱਕ ਢੋਲ ਰੱਖ ਕੇ ਅਤੇ ਉਹਦੇ 'ਚ ਗੱਲਾਂ ਲਾ ਕੇ ਅਤੇ ਉੱਤੇ ਲਿਖ ਰੱਖਿਆ ਵੀ ਜੇ ਤੁਸੀਂ ਫਰੈਸ਼ ਫੁੱਲ ਲਿਜਾਣੇ ਆ ਤੋੜ ਕੇ ਕੋਈ ਫਰੂਟ ਲਿਜਾਣਾ ਤਾਂ ਲੈ ਜਾਓ ਆਪੇ ਤੋੜ ਕੇ ਜਿੰਨਾ ਲਿਜਾਣਾ ਇਹ 'ਚ ਪੈਸੇ ਪਾ ਜਾਓ ਕੀ ਬਾਤ ਹੈ ਇਹ ਵੀ ਇੱਥੇ ਦੇਖਣ ਨੂੰ ਮਿਲਿਆ ਦੇਖੋ ਹੈ ਫੁੱਲ ਲਿਆਉਣੇ ਜੇ ਤੋੜ ਕੇ ਕੋਲ ਚਾਕੂ ਵੀ ਰੱਖੇ ਹੋਏ ਆ ਦੇਖੋ ਚਾਕੂ ਵੱਡੀ ਗੱਲ ਆ ਜੇ ਇੰਡੀਆ ਦਾ ਉੱਥੇ ਹੁੰਦਾ ਨਾ ਲੋਕਾਂ ਨੇ ਕੀ ਕਰਨਾ ਚਾਕੂ ਵੀ ਕਿਸੇ ਕ੍ਰਾਈਮ ਲਈ ਯੂਜ਼ ਕਰਨ ਲਈ ਵੀ ਫਿੰਗਰਪ੍ਰਿੰਟ ਕਿਸੇ ਦੇ ਹੋਰ ਦੇ ਹੋਣਗੇ ਵਰਤ ਲਈਏ ਪਰ ਉੱਥੇ ਚਾਕੂ ਬਿਨਾਂ ਰੱਸੀ ਤੋਂ ਖੁੱਲ੍ਹੇ ਰੱਖੇ ਹੋਏ 2 ਚਾਕੂ ਹੈ ਨਾ ਵੀ ਇਹ ਚਾਕੂ ਨਾਲ ਭਾਈ ਆਪਦਾ ਫੁੱਲ ਵੱਢੋ ਅਤੇ ਆਪਦਾ ਉਹ ਕਰਕੇ ਕਾਰਵਾਈ ਅਤੇ ਪੈਸੇ 'ਚ ਪਾ ਕੇ ਅਤੇ ਲੰਘ ਜਾਓ ਬਾਈ ਬਾਕੀ ਮੈਨੂੰ ਜ਼ਿਆਦਾ ਫਿਰ ਭਾਈ ਆਪਾਂ ਕੁਛ ਨੀ ਕਰ ਸਕਦੇ ਫਿਰ ਅੱਖਾਂ ਤੇ ਪਰਦਾ ਪਾਈ ਨਹੀਂ ਬਾਈ ਜਿਹੜੇ ਕਮੈਂਟ ਵੀ ਕਰਦੇ ਆ ਨਾ ਉਹ ਆਪ ਦੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਵੀ ਉਹਨਾਂ ਨੇ ਜ਼ਿੰਦਗੀ 'ਚ ਕਦੇ ਗਲਤ ਕੰਮ ਕੀਤਾ ਨਹੀਂ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਉਹ ਕੀਤੀਆਂ ਨਹੀਂ ਹੈਗੀਆਂ ਹਾਂ ਠੀਕ ਆ ਨਾ ਚਾਹੇ ਸਕੂਲ 'ਚ ਕਿਸੇ ਨੇ ਪੈਨਸਲ ਚੱਕੀ ਹੋਵੇ ਚੱਕੀ ਜ਼ਰੂਰ ਆ ਕੋਈ ਲੱਖ ਦੀ ਕਰੇ ਕੋਈ ਕੱਖ ਦੀ ਕਰੇ ਚੋਰੀ ਕਰਦੇ ਨੇ ਸਾਰੇ ਕਿਸੇ ਪੱਖ ਦੀ ਕਰੇ ਬਸ ਸਿੱਧੀ ਜੀ ਕਹਾਣੀ ਹੈ ਕੀ ਬਾਤ ਹੈ ਸ਼ੇਰੋ ਸ਼ੇਰੀ ਵੀ ਚੱਲ ਰਹੀ ਹੈ ਨਾਲ ਨਾਲ ਆ ਜਾਂ ਨਹੀਂ ਕਦੇ ਕਦੇ ਉੱਤਰ ਜਾਂਦੀ ਹੈ ਕਿਤੇ ਕਿਤੇ ਆਮਦ ਹੋ ਜਾਂਦੀ ਆ ਦੋ ਵਾਰੀ ਹੋ ਗਿਆ ਹੁਣ ਪਰਸੋਂ ਤਾਂ ਅਸੀਂ ਸ਼ੂਟ ਕਰੀ ਜਾਈਏ ਤੇ ਸਾਡਾ ਆਡੀਓ ਵਾਲਾ ਡਿੱਗ ਪਿਆ ਕਿਤੇ ਤੇ ਕੱਲ ਐਨਕਾਂ ਡਿੱਗ ਪਈਆਂ ਫਿਰ ਸਾਡਾ ਸਾਨੂੰ ਕੰਮ ਦਿੱਤਾ ਸਾਡੇ ਕੈਮਰੇ ਨੇ
ਅਸੀਂ ਫੋਟੋਆਂ ਫਰੋਲੀਆਂ ਵੀ ਕਿੱਥੋਂ ਤੱਕ ਐਨਕਾਂ ਟੰਗੀਆਂ ਸੀ ਮੇਰੇ ਕਿੱਥੇ ਨਹੀਂ ਸੀ ਅਤੇ ਅੱਜ ਅਸੀਂ ਉਸੇ ਥਾਂ 'ਤੇ ਗਏ ਤਾਂ ਉੱਥੇ ਪਈਆਂ ਇੱਥੇ ਆ ਗਈਆਂ ਕੱਲ੍ਹ ਅਸੀਂ ਸਾਡੀ ਆਡੀਓ ਵਾਲਾ ਸਿਸਟਮ 'ਤੇ ਹੈਗਾ ਵਧੀਆ ਉੱਥੋਂ ਅਤੇ ਜੇ ਇਹੀ ਕੰਮ ਤੁਹਾਡਾ ਅਮੈਰੀਕਾ ਹੁੰਦਾ ਫਿਰ ਫਿਰ ਅਮੈਰੀਕਾ ਅਮੈਰੀਕਾ ਤਾਂ ਲੈ ਜਾਣਾ ਸੀ ਵਿਚਾਰਿਆਂ ਨੇ ਭਗਤਾਂ ਨੇ ਉਹਨਾਂ ਨੂੰ ਐਂ ਵੀ ਰੱਬ ਸਿੱਟ ਰਿਹਾ ਉੱਤੋਂ ਠੀਕ ਹੈ ਨਾ ਉਹ ਤਾਂ ਸਾਰ ਚੀਜ਼ ਨੂੰ ਜੋ ਆ ਗਿਆ ਉਹ ਰੱਬ ਨੇ ਦੇ ਦਿੱਤੀ ਉਹ ਸਾਡੀ ਉਹ ਆ ਕਿਆ ਬਾਤ ਹੈ ਤਿੰਨ ਸੌ ਜਿਹੜਾ ਕਿਲੋ ਸਹੀ ਹੈ 327 ਕਿਲੋਮੀਟਰ ਰਹਿ ਗਿਆ ਬਾਈ ਅਸੀਂ ਜਦੋਂ ਚੱਲੇ ਸੀਗੇ ਉਦੋਂ ਤਕਰੀਬਨ ਸਾਡਾ ਸੀਗਾ 587 ਕਿਲੋਮੀਟਰ ਅਤੇ ਹੁਣ ਸਾਡਾ ਰਹਿ ਗਿਆ ਜੀ 327 ਕਿਲੋਮੀਟਰ ਅਤੇ 11-10 ਵਜੇ ਚੱਲੇ ਸੀਗੇ ਅਸੀਂ 1 ਵੱਜ ਗਿਆ ਜੀ 1 ਵੱਜ ਕੇ 3 ਮਿੰਟ ਹੋ ਅਸੀਂ ਬ੍ਰੇਕ ਨਹੀਂ ਲਿਆ ਪਿਛਲੇ 3 ਘੰਟਿਆਂ ਤੋਂ ਇੱਕ ਵੀ ਅਤੇ ਹੁਣ ਬਸ ਅਗਲੇ 20 ਮਿੰਟਾਂ ਬਾਅਦ ਅਸੀਂ ਬ੍ਰੇਕ ਲੈਣਾ ਜੀ ਜੇ ਕਿਤੇ ਸਾਨੂੰ ਚਾਹ ਮਿਲ ਜੇ ਨਾ ਹਾਂ ਅੱਗੇ ਚਲੋ ਇਹ ਤਾਂ ਪਿੰਡ ਜਾ ਯਾਰ ਇੱਥੇ ਦਾ ਕਿਸੇ ਸ਼ਹਿਰ ਚ ਭਰਾਉਣੇ ਟੈਂਕੀ ਹੋਣਾ ਤੇ ਪਰ ਇੱਥੇ ਓਨੇ ਪੈਟਰੋਲ ਪੰਪ ਹੈ ਨੀ ਸੁਖਵਾਂ ਜਿੰਨੇ ਆਪਣੇ ਆ ਨਾ ਇੱਥੇ ਅਸੀਂ ਨੋਟ ਕੀਤਾ ਘੱਟ ਆ ਪੈਟਰੋਲ ਪੰਪ ਅਤੇ ਰੋਡ ਹਾਊਸ ਵੀ ਜਿਹੜੇ ਹਾਈਵੇ ਆ ਵੱਡੇ ਉਹਨਾਂ 'ਤੇ ਆ ਅਤੇ ਆ ਪਿੰਡਾਂ ਵਾਲੀਆਂ ਸੜਕਾਂ 'ਤੇ ਕਾਫੀ ਚਿਰ ਬਾਅਦ ਕੋਈ ਚੀਜ਼ ਆਉਂਦੀ ਹੈ ਜਿੱਥੇ ਤੁਸੀਂ ਉਹ ਕਰ ਲਓ ਪਰ ਟ੍ਰੈਫਿਕ ਆਸਟ੍ਰੇਲੀਆ ਵੀ ਘੱਟ ਹੋ ਗਈ ਹਾਂ ਬੱਸੋਂ ਤਾਂ ਹੈਗੀ ਘੱਟ ਆ ਬੱਸੋਂ ਤਾਂ ਹੁਣ ਸਵਿਟਜ਼ਰਲੈਂਡ ਦੀ ਪੰਜਾਬ ਜਿੰਨਾ ਰਕਬਾ ਅਤੇ 80 ਕੁ ਲੱਖ ਆਬਾਦੀ ਆ ਸਾਰੀ ਉਹੀ ਆ ਨਾ ਫਿਰ ਜਿੰਨੀ ਬੱਸੋ ਘੱਟ ਹੈ ਗੱਡੀਆਂ ਘੱਟ ਨੇ ਉਨੀ ਬਾਕੀ ਸਾਧਨ ਘੱਟ ਨੇ ਹਾਂਜੀ 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 ਉਹੀ ਆਸਟ੍ਰੇਲੀਆ ਜਿੰਨੀ ਕਿ ਟ੍ਰੈਫਿਕ ਮਿਲਦੀ ਹੈ ਸੜਕਾਂ ਤੇ ਅਮਰੀਕਾ ਵਾਂਗ ਨਹੀਂ ਹੈ ਟ੍ਰੈਫਿਕ ਉਹ ਵੱਡੇ ਮਹਾਨਗਰਾਂ 'ਚ ਹੀ ਹੋਣੀ ਜਿੰਨਾ ਰਾਜਧਾਨੀਆਂ ਨੇ ਇਹਨਾਂ ਦੀਆਂ ਉਹੀ ਵੱਡੇ ਸ਼ਹਿਰ ਨੇ ਬਾਕੀ ਤਾਂ ਪਿੰਡਾਂ ਵਾਂਗੂ ਹੀ ਆਪਣੇ ਪੰਜਾਬ ਵਾਂਗੂ ਕੈਂਪਰ ਵੈਨ ਹੁਣੇ ਯਾਦ ਕੀਤਾ ਸੀ ਕੋਈ ਕਪਲ ਇੱਥੇ ਕੈਂਪਰ ਵੈਨ ਤੇ ਰੈਸਟ ਏਰੀਆ ਖੜਾ ਪਿੱਛੇ ਵੀ ਬਣਾਈ ਆ ਜੇ ਧਰੀ ਹੈ ਲੱਗ ਦੋ ਕੱਪ ਸਾਡੇ ਵੀ ਨਾਲ ਨਾਲ ਝੀਲ ਜਾ ਰਹੀ ਆ ਰਿਵਰ ਆ ਛੋਟੀ ਜਿਹੀ ਨਾ ਲੇਕ ਆ ਛੋਟੀ ਜਿਹੀ ਲੇਕ ਵਾਹ ਇੱਕ ਪਾਸੇ ਲੇਕ ਇੱਥੇ ਵੀ ਮੱਛੀਆਂ ਫੜੀ ਜਾਂਦੇ ਆ ਬੈਠੇ ਆ ਦੋ ਚਾਰ ਬੰਦੇ ਆਪਣੇ ਕੁਰਸੀਆਂ ਡਾਈ ਜਲ ਤੋਰੀ ਗਿਆ ਮੈਨੂੰ ਗੱਲਾਂ ਬਾਤਾਂ ਤੋਂ ਹੀ ਮੈਂ ਨਾ ਆਪਣੇ ਆਪਣਾ ਦਿਮਾਗ 'ਚ ਉਹ ਦਿਲ ਵਾਲੇ ਦੁਲਹਨੀਆ ਲੈ ਜਾਏਗੀ ਮੂਵੀ ਦਾ ਸੀਨ ਚਲਾਈ ਜਾਂਦਾ ਉਹੀ ਆ ਉਹੀ ਆ ਉਹੀ ਚੀਜ਼ਾਂ ਜੀ ਉਹੀ ਚੀਜ਼ਾਂ ਨਾਲੇ ਹੁਣ ਤਾਂ ਅਸੀਂ ਜਰਮਨ 'ਚ ਹਾਂ ਜਰਮਨ ਅਤੇ ਫਰਾਂਸ ਦੇ ਵਿੱਚ ਅਸੀਂ ਇੱਕ ਚੀਜ਼ ਨੋਟ ਕੀਤੀ ਆ ਸਗੋਂ ਤਾਂ ਸੜਕਾਂ ਵਾਕਈ ਰਬੜ ਦੀਆਂ ਜਿਵੇਂ ਕਹਿੰਦੇ ਨਾ ਜਿੰਨੀਆਂ ਹਾਈਵੇ ਸੀ ਫਰਾਂਸ ਦੇ ਟਾਇਰਾਂ ਦੀ ਆਵਾਜ਼ ਵੀ ਨਹੀਂ ਆਉਂਦੀ ਐਂ ਚੱਲਦੇ ਆ ਸ਼ੀਸ਼ੇ ਦੇ ਘਰ ਤੇ ਰਬੜ ਦੀਆਂ ਸੜਕਾਂ ਹਾਂ ਕਹਿੰਦੇ ਸੀਗੇ ਅੱਜ ਪਤਾ ਲੱਗ ਜੂ ਲਾ ਦਿਆਂਗੇ ਸਾਰੇ ਪਰਦੇ ਸੜਕਾਂ ਤਾਂ ਦੇਖੋ ਸਾਨੂੰ ਵਧੀਆ ਮਿਲ ਰਹੀਆਂ ਇਹ ਤਾਂ ਨੋ ਡਾਊਟ ਆ ਸੜਕ ਤਾਂ ਤੁਸੀਂ ਟਾਇਰਾਂ ਦੀ ਆਵਾਜ਼ ਵੀ ਨਹੀਂ ਆਊਗੀ ਅਤੇ ਪਰ ਹੁਣ ਘਰ ਸ਼ੀਸ਼ੇ ਦੇ ਤਾਂ ਹੁਣ ਪੈਰਿਸ 'ਚ ਕਹਿੰਦੇ ਆ ਵੀ ਪੈਰਿਸ 'ਚ ਜੇਬ ਵੀ ਬਚਾ ਕੇ ਰੱਖਿਓ ਪੈਰਿਸ ਦੇ ਵਿੱਚ ਪਾਰਕਿੰਗ ਦਾ ਵੀ ਰੱਖਿਓ ਅਤੇ ਪਤਾ ਨਹੀਂ ਕਿੱਥੇ ਕੋਈ ਪਟਾਕਾ ਵੀ ਚੱਲ ਜੇ ਇਹ ਵੀ ਨਹੀਂ ਕੋਈ ਪਤਾ ਪੈਰਿਸ 'ਚ ਥੋੜ੍ਹੀ ਜਿਹੀ ਪੈਰਿਸ ਬਾਰੇ ਸਾਨੂੰ ਫੀਡਬੈਕ ਨੈਗੇਟਿਵ ਆਈ ਆ ਜਦ ਹੁਣ ਤੱਕ ਜਿੱਥੋਂ ਜਿੱਥੋਂ ਅਸੀਂ ਪੁੱਛਿਆ ਪਰ ਆਪਾਂ ਕੱਲ੍ਹ ਨੂੰ ਦੇਖਦੇ ਹਾਂ ਕੀ ਆ ਚਲੋ ਤੁਸੀਂ ਜਾ ਕੇ ਦੇਖੋ ਜਾਂ ਰਾਹ ਭੇਜ ਜਾਣੀ ਜਾਂ ਵਾਹ ਭੇਜ ਜਾਣੀ ਰਾਹ ਪਏ ਹੋਏ ਆ ਹੁਣ ਵਾਹ ਪਾਉਂਦੇ ਜਾ ਕੇ ਆ ਵੀ ਬਾਈ ਪੁਰਾਣਾ ਪਿੰਡ ਬਸ ਬਸ ਫਿਰ ਆ ਗਿਆ ਕੋਈ ਪੁਰਾਣਾ ਪਿੰਡ ਨੇੜੇ ਨੇੜੇ ਯਾਰ ਪਿੰਡ 10 ਕੁ ਕਿਲੋਮੀਟਰ ਤੇ ਆ ਗਿਆ ਪ੍ਰੀਏ ਸਪੀਡ ਲਿਮਿਟ ਕੀ ਆ ਉੱਥੇ ਪਿੰਡਾਂ 'ਚ 50 ਕਿਲੋਮੀਟਰ ਆ ਬਾਹਰ ਚੱਲ ਰਹੀ 80 ਕਿਲੋਮੀਟਰ ਕਿਲੋਮੀਟਰ ਹੀ ਚੱਲਦੇ ਨੇ ਮਾਈਲ ਨਹੀਂ ਚੱਲਦੇ ਇੱਥੇ ਨਹੀਂ ਇੱਥੇ ਮਾਈਲ ਨਹੀਂ ਹੈਗੇ ਇੱਥੇ ਜਰਮਨ 'ਚ ਤਾਂ ਬਹੁਤ ਸਾਰੇ ਏਰੀਏ ਤੇ ਤਾਂ ਬਹੁਤ ਜ਼ਿਆਦਾ ਸਪੀਡ ਆ ਜੀ ਕਿੰਨੀ ਅਨਲਿਮਿਟਿਡ ਸਪੀਡ ਆ ਅਸੀਂ 200 ਤੇ ਵੀ ਚਲਾਈ ਆ 202 ਤੱਕ ਲੈ ਗਏ ਸੀ ਤੇ ਪਰ ਸਾਨੂੰ 150 ਤੋਂ ਐਂ ਲੱਗਦਾ ਸੀ ਵੀ ਅਸੀਂ ਖੜੇ ਆ ਤੇ ਲੋਕ ਚੱਲੀ ਜਾਂਦੇ ਆ ਇੱਥੇ ਟਮਾਟਰਾਂ ਦੀ ਖੇਤੀ ਹੁਣ ਲੈ ਹੁਣ ਪੰਜਾਬ ਵਾਲੇ ਖੇਤ ਸ਼ੁਰੂ ਹੋ ਗਏ ਜੀ ਘੋੜੇ ਵੀ ਰੱਖ ਛੱਡਿਆ ਤੇ ਕਿਸੇ ਨੇ ਵਾਹ ਕਾਹ ਆਪਣੇ ਨਾਲ ਦੇ ਕਾਲਾ ਹੀ ਇੱਥੇ ਇਹ ਤਾਂ ਬਾਈ ਯੂਨੀਵਰਸਲ ਆ ਇਹ ਤਾਂ ਪੱਕਾ ਹੀ ਆ ਇਹ ਕਿਤੇ ਜਿਹੜਾ ਬਿਜਲੀ ਦੀਆਂ ਜ਼ਿਆਦਾ ਪੌਣ ਚੱਕੀਆਂ ਦਿਖਣੀਆਂ ਤੁਹਾਨੂੰ ਚਾਰ ਸਵੇਰੇ ਨਾ ਥੋੜ੍ਹੇ ਦਰ ਬਾਅਦ ਚਿਰ ਬਾਅਦ ਹੀ ਪੌਣ ਚੱਕੀਆਂ ਚੱਲਦੀਆਂ ਆ ਜਾਣੀਆਂ ਸੜਕ 'ਤੇ ਨਹੀਂ ਯੂਰਪ ਵਧੀਆ ਹੀ ਕੁਦਰਤ ਦਾ ਬਹੁਤ ਉਹ ਹੈ ਯੂਰਪ ਨੂੰ ਪ੍ਰਦਾਨ ਹੈ ਹਾਂਜੀ 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 ਹੁਣ
ਤਾਂ ਜਮਾਂ ਹੀ ਅਸੀਂ ਪਿੰਡਾਂ 'ਚ ਜਾਣੀ ਕਿ ਜਿਹੜੇ ਅਸੀਂ ਹੁਣ ਸਵਿਟਜ਼ਰਲੈਂਡ ਦੇ ਕਹੀਏ ਤਾਂ ਯੂਰਿਕ ਜਾ ਕੇ ਆਏ ਹਾਂ, ਸ਼ਹਿਰਾਂ 'ਚ ਜਾ ਕੇ ਆਏ ਹਾਂ ਦੋ ਤਿੰਨ 'ਚ, ਪਰ ਜਿਹੜੇ ਯੂਰਿਕ ਦੇ ਸਵਿਟਜ਼ਰਲੈਂਡ ਦੇ ਅਸਲੀ ਜਿਹੜੇ ਟੂਰਿਸਟ ਪਲੇਸ ਆ ਉਹ ਹੁਣ ਦੇਖੋ ਕਿੰਨੇ ਸੋਹਣੇ ਹੋਣਗੇ। ਬਿਲਕੁਲ, ਇਹ ਤਾਂ ਅਸੀਂ ਨੋਰਮਲ 'ਤੇ ਜਾ ਕੇ ਆਏ ਨਾ। ਲਓ ਜੀ ਆ ਰਹੇ ਵਾਲੇ ਆਏ ਖੜੇ ਆ, ਕਿਸੇ ਦੀ ਗੱਡੀ ਖਰਾਬ ਹੋ ਗਈ, ਟਰੱਕ ਖਰਾਬ ਆ ਜੀ, ਟਰੱਕ ਠੀਕ ਕਰਨ ਆਏ ਖੜੇ ਆ। ਆ ਬਿਜਲੀ ਦੇ ਖੰਭੇ ਅਤੇ ਤਾਰਾਂ ਵੀ ਡਿਫਰੈਂਟ ਇੱਥੇ ਆ, ਇਹ ਸਾਰੀਆਂ ਦੂਜੀਆਂ ਰਬੜ ਦੀਆਂ ਤਾਰਾਂ ਪਾਈਆਂ ਹੋਈਆਂ ਅਤੇ ਲੋਹੇ ਦੀਆਂ ਨਹੀਂ ਹੈਗੀਆਂ। ਚਲੋ ਜੀ, ਇਸ ਵੈਦਰ ਹੁਣ ਗਰਮੀ ਆ, 25 ਤੋਂ ਤਾਂ ਟੈਂਪਰੇਚਰ ਘਟਿਆ ਹੀ ਨਹੀਂ ਕਿਤੇ, ਹਾਂਜੀ ਇੰਨਾ ਕੁ ਤਾਂ ਰਿਹਾ ਹੀ ਆ। ਬਰਫ ਦੇਖਣੀ ਆ ਫਿਰ ਤਾਂ 2 ਮਹੀਨਾ 1.5-2 ਮਹੀਨੇ ਮਗਰੋਂ ਆ ਜਾਓ, ਫਿਰ ਤਾਂ ਦਸੰਬਰ ਜਨਵਰੀ ਜਾਓ। ਜੇ ਤੁਸੀਂ ਖੁੱਲ੍ਹ ਕੇ ਜਿਉਣਾ ਤੇ ਖੁੱਲ੍ਹ ਕੇ ਤਾਂ ਆਹੀ ਮੌਸਮ ਹੀ ਆ। ਸਮਰ ਆ, ਤੁਸੀਂ ਜੁਲਾਈ ਤੋਂ ਲਾ ਲਓ, ਜੁਲਾਈ ਅਗਸਤ ਸਤੰਬਰ ਜੂਨ ਵੀ ਲਾ ਲਓ, ਬਸ ਵਧੀਆ ਠੀਕ ਆ, ਇਹ ਟਾਈਮ ਬੈਸਟ ਆ। ਨਹੀਂ ਚਲੋ ਵਧੀਆ, ਚਲੋ ਆਪਾਂ ਇਸ ਐਪੀਸੋਡ ਨੂੰ ਕਰਦੇ ਹਾਂ ਜੀ ਇੱਥੇ ਬੰਦ, ਅਸੀਂ ਮਾਈਕ ਕਰਦੇ ਹਾਂ ਬੰਦ ਅਤੇ ਤੁਸੀਂ ਜੁੜੇ ਰਹੋ ਅਤੇ ਅਸੀਂ ਇੱਧਰ ਨਾਲ ਨਾਲ ਸੁਖਵੰਤ ਸਿੰਘ ਨਾਲ ਮਾਰਦੇ ਹਾਂ ਗੱਲਾਂ ਅਤੇ ਫਿਰ ਮਿਲਦੇ ਹਾਂ।